ਪੰਜਾਬ বিজেপি ਦੇ ਸਾਬਕਾ ਪ੍ਰਧਾਨ ਅਤੇ ਸਾਂਸਦ ਸ਼ਵੇਤ ਮਲਿਕ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਸ਼ਹੀਦਾਂ ਦੀ ਧਰਤੀ ਜਲਵਾ ਬਾਗ ਨੂੰ ਕੇਂਦਰ ਸਰਕਾਰ ਵੱਲੋਂ ਅਤਿਆਧੁਨਿਕ ਤਕਨੀਕ ਅਤੇ 20 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ ਜਿਸ ਨੂੰ ਜਲਦ ਹੀ ਲੋਕਾਂ ਨੂੰ ਸਮਰਪਿਤ ਕੀਤਾ ਜਾਏਗਾ ਅਤੇ ਇਸ ਜਗ੍ਹਾ ਉੱਪਰ 13 ਅਪ੍ਰੈਲ 1919 ਵਿੱਚ ਹੋਏ ਸ਼ਹੀਦੀ ਸਾਕੇ ਦੇ ਇਤਿਹਾਸ ਨੂੰ ਪੂਰੀ ਤਰ੍ਹਾਂ ਨਾਲ ਦਸਾਇਆ ਗਿਆ ਹੈ ਅਤੇ ਸ਼ਾਮ ਨੂੰ ਲਾਈਟ ਐਂਡ ਸਾਊਂਡ ਦੇ ਜ਼ਰੀਏ ਸ਼ਹੀਦਾਂ ਨੂੰ ਯਾਦ ਕੀਤਾ ਜਾਏਗਾ ਜੋ ਕਿ ਇਸ ਜਗ੍ਹਾ ਉੱਪਰ ਆਉਣ ਵਾਲੇ ਸਹਿਲਾਨੀਆਂ ਲਈ ਬਹੁਤ ਹੀ ਦਿੱਖ ਅਤੇ ਖਿਚਦਾ ਕੇਂਦਰ ਬਣੇਗਾ ਜਿਹੜੀ ਪ੍ਰਾਈਮ ਲੈਂਡ ਆਫ ਸੈਕਰੀਫਾਈਸ ਹੈ ਜਿਸ ਤੋਂ ਵੱਡਾ ਸ਼ਹੀਦੀ ਸਾਕਾ ਦੁਨੀਆ ਦੇ ਇਤਿਹਾਸ ਵਿੱਚ ਕਿਸੇ ਜਗ੍ਹਾ ਨਹੀਂ ਹੋਇਆ ਉਹ ਹੈ ਜਲੰਧ ਆਲਾਬਾਗ ਸੋ ਮੈਂ ਧਨਵਾਦੀ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਿਹਨਾਂ ਨੂੰ ਜਾ ਕੇ ਮੈਂ ਮਿਲਿਆ ਮੈਂ ਧਨਵਾਦੀ ਹਾਂ ਸਰਗੀ ਅਰੁਣ ਜੇਤਨੀ ਜੀ ਦਾ ਜਿਨ੍ਹਾਂ ਨੂੰ ਜਾ ਕੇ ਮੈਂ ਮਿਲਿਆ ਤੇ ਪ੍ਰਧਾਨ ਮੰਤਰੀ ਜੀ ਔਰ ਜੇਤਰੀ ਜੀ ਨੇ ਡਾਕਟਰ ਮਹੇਸ਼ ਸ਼ਰਮਾ ਜਿਹੜੇ ਸਾਸਕ੍ਰਿਤਿਕ ਵਿਭਾਗ ਦੇ ਮੰਤਰੀ ਸੀਗੇ ਉਹਨਾਂ ਨੂੰ ਮੇਰੇ ਨਾਲ ਜਲਿਆਲੇ ਬਾਗ ਭੇਜਿਆ ਔਰ ਉਹ ਇੰਨੇ ਹੈਰਾਨ ਹੋਏ ਦੇਖ ਕੇ ਕਿ ਇੰਨਾ ਮਹਾਨ ਸਥਾਨ ਜਿਹਨੂੰ ਹਰ ਪੁਸਤਕਿਤ ਪੜਿਆ ਜਾਂਦਾ ਹਰ ਬੱਚਾ ਪੜਦਾ ਹੈ ਦੇਸ਼ ਦੇ ਕਿਸੇ ਜਗ੍ਹਾ ਵੀ ਜਲਿਆਲੇ ਬਾਗ ਦਾ ਜ਼ਿਕਰ ਆਂਦਾ ਹੈ ਉਹਦੀ ਇੰਨੀ ਦੁਰਦਸ਼ਾ ਉਹਨਾਂ ਨੇ ਉਸੇ ਲਈ ਇਦੇ ਬਾਰੇ ਚਿੰਤਾ ਕੀਤੀ ਪਰਲਮੈਂਟ ਜੀ ਕੁਐਸਚਨ ਕੀਤਾ ਮੈਂ ਬੋਲੇ ਆ ਵੀ ਔਰ ਮੈਂ ਬੜਾ ਤਨਵਾਦੀ ਹੈ ਸਾਰੇ ਆਪਣੇ ਨੇਤਾਵਾਂ ਦਾ ਕਿ ਇਹਨਾਂ ਨੇ ਮੇਰੀ ਆਵਾਜ਼ ਸੁਣੀ ਔਰ ਇੱਕ ਪੈਕੇਜ ਘੋਸ਼ਿਤ ਕੀਤਾ 20 ਕਰੋੜ ਰੁਪਏ ਦਾ ਜਲੇਆਲੇ ਬਾਗ ਦੇ ਵਿਕਾਸ ਦੇ ਲਈ ਸੋ ਜਲੇਆਲੇ ਬਾਗ ਦਾ ਵਿਕਾਸ ਸ਼ੁਰੂ ਹੋਇਆ ਦੇਲੇ ਹੋ ਗਿਆ 100 ਸਾਲਾਂ ਦੇ ਵਿੱਚ ਜਿਹੜਾ ਸਮਾਗਮ ਹੋ ਰਹੀ ਸੀ ਸਾਰੇ ਡੇਲੇ ਹੋ ਗਿਆ ਕਿਉਂਕਿ ਕਰੋਨਾ ਦਾ ਕਾਲ ਇਕਦਮ ਬयंਕਰ ਪ੍ਰਕੋਪ 23 ਮਾਰਚ ਨੂੰ ਜਦੋਂ ਲਾਕਡਾਊਨ ਹੋਇਆ ਤੇ ਹਰ ਪਾਸੇ ਲਾਕਡਾਊਨ ਹੋ ਗਿਆ ਮਜ਼ਦੂਰ ਚਲੇ ਗਏ ਮਿਸਤਰੀ ਚਲੇ ਗਏ ਡਵੈਲਪਮੈਂਟ ਰੁਕ ਗਈ ਪਰ ਕਰੋਨਾ ਦਾ ਇੱਕ ਭੈੰਕਰ ਜਿਹੜਾ ਸਾਡਾ ਹਮਲਾ ਸਾਡੇ ਤੇ ਹੋਇਆ ਹੈ ਔਰ ਉਹ ਸਦੀ ਕੋਈ ਸਰਕਾਰਾਂ ਦਾ ਫਰਕ ਨਹੀਂ ਹੈ ਉਹਦੇ ਵਿੱਚ ਕੇਂਦਰ ਸਰਕਾਰ ਵੀ ਹੈ ਉਹਦੇ ਵਿੱਚ ਪੰਜਾਬ ਸਰਕਾਰ ਵੀ ਹੈ ਪ੍ਰਧਾਨ ਮੰਤਰੀ ਵੀ ਕੰਮ ਕਰ ਰਹੇ ਨੇ ਮੁੱਖ ਮੰਤਰੀ ਵੀ ਕੰਮ ਕਰ ਰਹੇ ਨੇ ਲੋਕਾਂ ਦੀ ਜਾਨ ਬਚਾਉਣ ਦਾ ਪ੍ਰਯਾਸ ਹੋ ਰਿਹਾ ਹੈ ਉਹ ਕਾਨੂੰਨ ਦੀ ਉਲੰਘਣਾ ਨਾ ਹੋਏ ਕਾਨੂੰਨ ਦੀ ਪਾਲਣਾ ਹੋਏ ਸੋ ਵੀ ਵਿਲ ਵੇਟ ਫਾਰ ਦਾ ਡਾਇਰੈਕਸ਼ਨ ਫਰੋਮ ਦਾ ਪੰਜਾਬ ਗਵਰਨਮੈਂਟ ਕਿ ਜਦੋਂ ਉਹ ਡਾਇਰੈਕਸ਼ਨ ਦੇਣਗੇ ਕਿ ਇੱਥੇ ਸਮਾਗਮ ਹੋ ਸਕਦਾ ਹੈ ਜਾਂ ਇੱਥੇ ਅਸੀਂ ਇਹਨੂੰ ਓਪਨ ਕਰ ਸਕਦੇ ਆ ਆਮ ਲੋਕਾਂ ਦੇ ਲਈ ਅਸੀਂ ਇਹਨੂੰ ਓਪਨ ਕਰਾਂਗੇ ਇਹ ਮੈਂ ਤੁਹਾਨੂੰ ਜਾਣਕਾਰੀ ਦੇ ਰਿਹਾ ਮੈਡੀਕਲ